ਤਾਂ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਮੁੜ ਪਾਰਟੀ ਨੇ ਉਮੀਦਵਾਰ ਦੇ ਤੌਰ ਤੇ IGPC ਦੀ ਪ੍ਰਧਾਨਗੀ ਲਈ ਲਾਨਿਆ। ਮੈਂ ਉਹਨਾਂ ਨੂੰ ਸ਼ੁਭ ਇਸ਼ਾਵਾਂ ਵੀ ਦਿੰਦਾ ਔਰ ਵਧਾਈ ਵੀ ਦਿੰਦਾ ਗਾਉਂ ਔਰ ਮਹਿਸੂਸ ਵੀ ਕਰਦਾ ਕਿ ਉਹਨਾਂ ਦੀ ਦਿਆਨਤਦਾਰੀ, ਵਫਾਦਾਰੀ ਤੇ ਸਰਬ ਪ੍ਰਮਾਣਤਾ ਨੇ ਮੈਂ ਸਮਝਦਾ ਪਾਰਟੀ ਨੂੰ ਵਿਸ਼ਵਾਸ ਪੈਦਾ ਕੀਤਾ ਪਾਰਟੀ ਵਿੱਚ, ਅਤੇ ਪਾਰਟੀ ਨੇ ਉਹਨਾਂ 'ਤੇ ਵਿਸ਼ਵਾਸ ਰੱਖਿਆ। ਖਾਸ ਤੌਰ 'ਤੇ ਮਾਂ ਜੋ ਮੈਂਬਰ IGPC ਜਿਹੜੇ ਨੇ ਉਹਨਾਂ ਦੀ ਸਿਫਾਰਸ਼ 'ਤੇ ਹੀ ਮਤਲਬ ਇਹਨਾਂ ਨੂੰ ਮੁੜ ਪਾਰਟੀ ਪ੍ਰਧਾਨ IGPC ਪ੍ਰਧਾਨ ਦੇ ਤੌਰ 'ਤੇ ਲਾਨਿਆ ਗਿਆ। ਔਰ ਅੱਜ ਮਹਿਸੂਸ ਕਰਦਾ ਮੈਂ ਕਿ ਆਉਣ ਵਾਲਾ ਸਮਾਂ ਕੱਲ੍ਹ ਨੂੰ ਜਿਹੜੀ ਚੋਣ ਆ ਉਹਦੇ 'ਚ ਸਰਬ ਪ੍ਰਵਾਨਿਤ ਦੇ ਤੌਰ 'ਤੇ ਹੀ ਧਾਮੀ ਸਾਹਿਬ ਜਿਹੜੇ ਨੇ ਬਣਨ, ਪ੍ਰਧਾਨ ਤਾਂ ਚੰਗਾ ਹੋਏਗਾ। ਮੈਂ ਢੀਂਡਸਾ ਸਾਹਿਬ ਨੂੰ, ਬੀਬੀ ਜਗੀਰ ਕੌਰ ਹੋਰਾਂ ਨੂੰ ਅਤੇ ਬਾਕੀ ਹੋਰ ਵੀ ਸਾਡੇ ਆਗੂ ਸਾਹਿਬਾਨ ਜਿਹੜੇ ਨੇ ਦੂਜੇ ਪਾਸੇ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪੰਥ ਦੀ ਇਹ ਜਿਹੜੀ ਸੰਸਥਾ, ਪੰਥਕ ਸੰਸਥਾ ਹੈ, ਇਹਦੇ 'ਚ ਦੁਫਾੜ, ਇਹਦੇ 'ਚ ਤਰੇੜਾਂ, ਇਹਦੇ ਨੂੰ ਦੋ ਹਿੱਸਿਆਂ 'ਚ ਵੰਡਣਾ ਪੰਥਕ ਹਿੱਤਾਂ 'ਚ ਨਹੀਂ ਰਹੇਗਾ। ਸੋ ਮੈਂ ਸਮਝਦਾ ਕਿ ਕੋਈ ਉਮੀਦਵਾਰ ਇਹਨਾਂ ਦੇ ਮੁਕਾਬਲੇ ਨਾ ਖੜ੍ਹੇ ਤਾਂ ਬਹੁਤ ਅੱਛਾ ਮੈਸੇਜ ਆਏਗਾ, ਕਿਉਂਕਿ ਅੱਜ ਪੰਥ ਅੱਗੇ ਬੜੀਆਂ ਚੁਣੌਤੀਆਂ ਨੇ, ਪੰਥ ਨੂੰ ਬੜੇ ਸੰਕਟਾਂ 'ਚੋਂ ਗੁਜ਼ਰਨਾ ਪੈ ਰਿਹਾ। ਸੋ ਐਸੀਆਂ ਚੁਣੌਤੀਆਂ ਦਾ ਇੱਕ ਜੁੱਟਤਾ ਨਾਲ ਮੁਕਾਬਲਾ ਕਰਨ ਲਈ ਮੈਂ ਸਮਝਦਾ ਕਿ ਹੋਰ ਉਮੀਦਵਾਰ ਧਾਮੀ ਸਾਹਿਬ ਦੇ ਮੁਕਾਬਲੇ ਨਾ ਖੜ੍ਹਾ ਹੋਵੇ ਤਾਂ ਬਹੁਤ ਅੱਛਾ ਮੈਸੇਜ ਆਏਗਾ। ਉਮੀਦ ਆ ਕਿ ਸਾਡੀ ਇਸ ਬੇਨਤੀ ਨੂੰ ਕਰੋ। ਤਾਂ ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਮੁੜ ਪਾਰਟੀ ਨੇ ਉਮੀਦਵਾਰ ਦੇ ਤੌਰ 'ਤੇ IGPC ਦੀ ਪ੍ਰਧਾਨਗੀ ਲਈ ਲਾਨਿਆ। ਮੈਂ ਉਹਨਾਂ ਨੂੰ ਸ਼ੁਭ ਇਸ਼ਾਵਾਂ ਵੀ ਦਿੰਦਾ ਔਰ ਵਧਾਈ ਵੀ ਦਿੰਦਾ ਗਾਉਂ ਔਰ ਮਹਿਸੂਸ ਵੀ ਕਰਦਾ ਕਿ ਉਹਨਾਂ ਦੀ ਦਿਆਨਤਦਾਰੀ, ਵਫਾਦਾਰੀ ਅਤੇ ਸਰਬ ਪ੍ਰਮਾਣਤਾ ਨੇ ਮੈਂ ਸਮਝਦਾ ਪਾਰਟੀ ਨੂੰ ਵਿਸ਼ਵਾਸ ਪੈਦਾ ਕੀਤਾ ਪਾਰਟੀ ਵਿੱਚ, ਅਤੇ ਪਾਰਟੀ ਨੇ ਉਹਨਾਂ 'ਤੇ ਵਿਸ਼ਵਾਸ ਰੱਖਿਆ। ਖਾਸ ਤੌਰ 'ਤੇ ਮਾਂ ਜੋ ਮੈਂਬਰ IGPC ਜਿਹੜੇ ਨੇ ਉਹਨਾਂ ਦੀ ਸਿਫਾਰਸ਼ 'ਤੇ ਹੀ ਮਤਲਬ ਇਹਨਾਂ ਨੂੰ ਮੁੜ ਪਾਰਟੀ ਪ੍ਰਧਾਨ IGPC ਪ੍ਰਧਾਨ ਦੇ ਤੌਰ 'ਤੇ ਲਾਨਿਆ ਗਿਆ। ਔਰ ਅੱਜ ਮਹਿਸੂਸ ਕਰਦਾ ਮੈਂ ਕਿ ਆਉਣ ਵਾਲਾ ਸਮਾਂ ਕੱਲ੍ਹ ਨੂੰ ਜਿਹੜੀ ਚੋਣ ਆ ਉਹਦੇ 'ਚ ਸਰਬ ਪ੍ਰਵਾਨਿਤ ਦੇ ਤੌਰ 'ਤੇ ਹੀ ਧਾਮੀ ਸਾਹਿਬ ਜਿਹੜੇ ਨੇ ਬਣਨ, ਪ੍ਰਧਾਨ ਤਾਂ ਚੰਗਾ ਹੋਏਗਾ। ਮੈਂ ਢੀਂਡਸਾ ਸਾਹਿਬ ਨੂੰ, ਬੀਬੀ ਜਗੀਰ ਕੌਰ ਹੋਰਾਂ ਨੂੰ ਅਤੇ ਬਾਕੀ ਹੋਰ ਵੀ ਸਾਡੇ ਆਗੂ ਸਾਹਿਬਾਨ ਜਿਹੜੇ ਨੇ ਦੂਜੇ ਪਾਸੇ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਪੰਥ ਦੀ ਇਹ ਜਿਹੜੀ ਸੰਸਥਾ, ਪੰਥਕ ਸੰਸਥਾ ਹੈ, ਇਹਦੇ 'ਚ ਦੁਫਾੜ, ਇਹਦੇ 'ਚ ਤਰੇੜਾਂ, ਇਹਦੇ ਨੂੰ ਦੋ ਹਿੱਸਿਆਂ 'ਚ ਵੰਡਣਾ ਪੰਥਕ ਹਿੱਤਾਂ 'ਚ ਨਹੀਂ ਰਹੇਗਾ। ਸੋ ਮੈਂ ਸਮਝਦਾ ਕਿ ਕੋਈ ਉਮੀਦਵਾਰ ਇਹਨਾਂ ਦੇ ਮੁਕਾਬਲੇ ਨਾ ਖੜ੍ਹੇ ਤਾਂ ਬਹੁਤ ਅੱਛਾ ਮੈਸੇਜ ਆਏਗਾ, ਕਿਉਂਕਿ ਅੱਜ ਪੰਥ ਅੱਗੇ ਬੜੀਆਂ ਚੁਣੌਤੀਆਂ ਨੇ, ਪੰਥ ਨੂੰ ਬੜੇ ਸੰਕਟਾਂ 'ਚੋਂ ਗੁਜ਼ਰਨਾ ਪੈ ਰਿਹਾ। ਸੋ ਐਸੀਆਂ ਚੁਣੌਤੀਆਂ ਦਾ ਇੱਕ ਜੁੱਟਤਾ ਨਾਲ ਮੁਕਾਬਲਾ ਕਰਨ ਲਈ ਮੈਂ ਸਮਝਦਾ ਕਿ ਹੋਰ ਉਮੀਦਵਾਰ ਧਾਮੀ ਸਾਹਿਬ ਦੇ ਮੁਕਾਬਲੇ ਨਾ ਖੜ੍ਹਾ ਹੋਵੇ ਤਾਂ ਬਹੁਤ ਅੱਛਾ ਮੈਸੇਜ ਆਏਗਾ। ਉਮੀਦ ਆ ਕਿ ਸਾਡੀ ਇਸ ਬੇਨਤੀ ਨੂੰ ਕਰੋ।